ਸੈਂਟਰ ਸਰਕਾਰ ਵੱਲੋਂ ਜੋ ਕਿਸਾਨਾਂ ਦੇ ਨਾਲ ਵਾਅਦੇ ਕਰਕੇ SKM ਦੇ ਆਗੂਆਂ ਦੇ ਨਾਲ ਔਰ ਉਹਨਾਂ ਵਾਅਦਿਆਂ ਤੋਂ ਜੋ ਸਰਕਾਰ ਮੁਕਰੀ ਹੈ ਉਹਦੇ ਰੋਸ ਦੇ ਵਜੋਂ SKM ਦੇ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਅੱਜ ਉਸ ਬੰਦ ਦਾ ਸਮਰਥਨ ਕਰਦੇ ਹਾਂ। ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੇ ਸਮੂਹ ਮੈਂਬਰ ਸਾਹਿਬਾਨ ਅਸੀਂ ਸਾਰਿਆਂ ਨੇ ਉਸ ਬੰਦ ਦਾ ਸਮਰਥਨ ਕੀਤਾ ਔਰ ਉਹਨਾਂ ਦੇ ਨਾਲ ਹੈ ਔਰ ਅਸੀਂ ਧੰਨਵਾਦੀ ਹਾਂ ਅਜਨਾਲੇ ਵਾਲੇ ਸਾਰੇ ਹੀ ਦੁਕਾਨਦਾਰ ਵੀਰਾਂ ਦੇ ਜਿਨ੍ਹਾਂ ਨੇ ਬੜਾ ਹੀ ਚੰਗੇ ਢੰਗ ਦੇ ਨਾਲ ਇਸ ਸਮਰਥਨ ਨੂੰ ਸਹਿਯੋਗ ਕੀਤਾ ਔਰ ਆਪਣੇ ਦੁਕਾਨਾਂ ਆਪਣੇ ਕਾਰੋਬਾਰ ਅੱਜ ਬੰਦ ਕਰਕੇ ਉਹ ਜੋ ਭਾਰਤ ਬੰਦ ਦੇ 16 ਦੇ ਸੱਦੇ ਨੂੰ ਸਮਰਥਨ ਦਿੱਤਾ ਅਸੀਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਔਰ ਅਸੀਂ ਨਾਲ ਦੀ ਨਾਲ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਬਈ ਜਿਹੜਾ ਕਿਸਾਨਾਂ ਦੇ ਉੱਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਅੱਤਿਆਚਾਰ ਹੋ ਰਿਹਾ ਭਾਵੇਂ ਉੱਥੇ SKM ਵਾਲੇ ਦੋ ਵੱਲੋਂ ਜੋ ਦਿੱਲੀ ਕੂਚ ਦਾ ਸੱਦਾ ਨਹੀਂ ਸੀ ਹੋਰ ਸਾਰੀਆਂ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਔਰ BJP ਦੇ ਸਰਕਾਰ ਹਰਿਆਣਾ ਸਰਕਾਰ BJP ਵੱਲੋਂ ਔਰ ਸੈਂਟਰ ਸਰਕਾਰ ਵੱਲੋਂ ਜੋ ਅੱਤਿਆਚਾਰ ਕੀਤਾ ਜਾ ਰਿਹਾ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਨਾਲ ਉਸ ਨੂੰ ਤੁਰੰਤ ਬੰਦ ਕਰ ਦੇਣ ਨਹੀਂ ਤਾਂ ਜਿੰਨੇ ਵੀ ਭਾਰਤ ਦੇ ਕਿਸਾਨ ਦੁਕਾਨਦਾਰ ਮਜ਼ਦੂਰ ਇਹ ਸਾਰੇ ਜਿਹੜੇ ਆ ਇੱਕ ਮੁੱਠ ਹੋ ਕੇ ਅੱਜ ਦੇ ਜਿੱਦਾਂ ਅੱਜ ਇੱਕਜੁੱਟਤਾ ਦਾ ਜਿੱਦਾਂ ਅੱਜ ਇੱਥੇ ਅਹਿਸਾਸ ਹੋਇਆ ਸਾਨੂੰ ਔਰ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੈਂਟਰ ਸਰਕਾਰ ਦੇ ਵਿਰੁੱਧ ਅਸੀਂ ਸਾਰੇ ਇੱਕਮੁੱਠ ਹੋ ਕੇ ਸਾਰੇ ਇਕੱਠੇ ਹੋ ਕੇ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਵਪਾਰੀ ਅਸੀਂ ਸਾਰੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਸ਼ਿਖਰ ਜਿਹੜਾ ਉਹ ਵਿਟਾਂਗੇ।